ਚੈਨਲ ਵਾਈ A South Asian Canadian channel. ਇਸ ਵਾਰ ਹੁਸ਼ਿਆਰਪੁਰ ਦੇ ਸਮੀਕਰਨ ਪਹਿਲਾਂ ਨਾਲੋਂ ਵੱਖਰੇ ਨੇ। ਮੌਜੂਦਾ ਸਾਂਸਦ ਸੋਮ ਪ੍ਰਕਾਸ਼ ਇਸ ਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਹਨ। ਵਿਰੋਧੀ ਧਿਰ ਦੀ ਅਣਦੇਖੀ ਕਰਦਿਆਂ ਭਾਜਪਾ ਨੇ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਦੀ ਜਿੱਤ ਹੁੰਦੀ ਦੇਖ ਕੇ ਸਮਰਥਕਾਂ ਵੱਲੋਂ ਭੰਗੜਾ ਪਾ ਕੇ ਸ਼ੁਰੂਆਤ ਕਰ ਦਿੱਤੀ ਗਈ ਹੈ। ਜੀ ਹਾਂ, ਸਮਰਥਕਾਂ ਦੇ ਵੱਲੋਂ ਰਾਇਤ ਬਹਾਰਾ ਕਾਲਜ ਦੇ ਬਾਹਰ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਸਮਰਥਕਾਂ ਦੇ ਵੱਲੋਂ ਢੋਲ ਵਜਾ ਕੇ ਭੰਗੜੇ ਪਾਏ ਜਾ ਰਹੇ ਨੇ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਦੀ ਜਿੱਤ ਵੱਲ ਵਧਦੇ ਕਦਮਾਂ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਜਿੱਤ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਹੋਈ ਹੈ। ਸਾਲਾਂ ਤੋਂ ਜਨਤਾ ਨੇ ਡਾਕਟਰ ਰਾਜਕੁਮਾਰ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਹਰੇਕ ਵਲੰਟੀਅਰ ਨੇ, ਹਰੇਕ ਕਾਰਿਆਕਰਤਾ ਨੇ, ਸਭ ਨੇ ਦਬ ਕੇ ਮਦਦ ਮਿਹਨਤ ਕੀਤੀ ਹੈ, ਜਿਹਦੇ ਸਦਕੇ ਮੈਂ ਕਹਿੰਦਾ ਪੰਜਾਬ 'ਚ 2 ਸਾਲ ਦਾ ਜਿਹੜਾ ਕੰਮਕਾਰ ਸੀ, ਖਾਸ ਤੌਰ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਸਾਰੀਆਂ ਚੀਜ਼ਾਂ ਰਲ ਕੇ ਡਾਕਟਰ ਰਾਜਕੁਮਾਰ ਜੀ ਨੂੰ ਅੱਜ ਪਾਰਲੀਮੈਂਟ ਭੇਜਿਆ ਸੀ। ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ, ਸਾਰੇ ਕਾਰਿਆਕਰਤਾ, ਅਰਵਿੰਦ ਕੇਜਰੀਵਾਲ ਜੀ ਵੀ ਹੁਸ਼ਿਆਰਪੁਰ ਆਏ, ਉਹਨਾਂ ਨੇ ਵੀ ਮਿਹਨਤ ਕੀਤੀ ਹੈ, ਸਾਰੇ ਨੇ ਰਲ ਕੇ ਮਿਹਨਤ ਕੀਤੀ। ਮੈਂ ਕਹਿ ਸਕਦਾ ਹਰੇਕ ਕਾਰਿਆਕਰਤਾ ਨੇ ਮਿਹਨਤ ਕੀਤੀ, ਜਿਹਦਾ ਫਲ ਜਿਹੜਾ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਪਾਰਲੀਮੈਂਟ ਭੇਜਿਆ ਹੁਸ਼ਿਆਰਪੁਰ ਦੇ ਲੋਕਾਂ ਨੇ ਆਪਣੇ ਮੁੱਦਿਆਂ ਲਈ। ਜਸ਼ਨ ਦੇਖੋ, ਜਸ਼ਨ ਤਾਂ ਹੁੰਦਾ ਹੀ ਹੈ, ਫਿਰ ਜਿੱਤਣ ਤੋਂ ਬਾਅਦ ਜਸ਼ਨ ਹੀ ਹੁੰਦਾ, ਕਾਰਿਆਕਰਤਾ ਨੂੰ ਮਿਲਣਾ, ਉਹਨਾਂ ਦੀ ਮੁਬਾਰਕਬਾਦ ਲੈਣੀ, ਜਸ਼ਨ ਹੁੰਦਾ ਪਹਿਲਾਂ ਤਾਂ। ਚੈਨਲ ਵਾਈ A South Asian Canadian Channel.